ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਹਿਜਲੀ ਸਟਰੀਟ ਵਿਖੇ ਗੁਲਬਰ ਹੁਕਮ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਔਰ ਕੌਂਸਲ ਦੇ ਜੋ ਗਾਈਡਲਾਈਨ ਸਾਨੂੰ ਆਈ ਹੋਈ ਆ ਉਹਦੇ ਉੱਤੇ ਜਿਹੜੀ ਜਿਹੜੀ ਮੀਟਿੰਗ ਕੀਤੀ ਗਈ ਹੈ। ਸੋ ਸੰਗਤਾਂ ਦੀਆਂ ਸਿਹਤ ਸੁਭਾਵਾਂ ਨੂੰ ਵੇਖਦੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਸੋਮਵਾਰ ਤੋਂ ਜਿਹੜੇ ਨੇ ਉਹ ਲੰਗਰ ਤੇ ਸੰਗਤਾਂ ਦੇ ਆਉਣ ਦੇ ਉੱਤੇ ਜਿਹੜੀ ਹੈ ਉਹ ਰੋਕ ਲਾਈ ਜਾ ਰਹੀ ਹੈ। ਇਹ ਬੜੀ ਮਜਬੂਰੀ ਦੇ ਵਿੱਚ ਫੈਸਲਾ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਜਿਹੜੀ ਛੂਤ ਦੀ ਬਿਮਾਰੀ ਵਾਂਗੂ ਕਰੋਨਾ ਵਾਇਰਸ ਹੈ ਇੱਕ ਦੂਜੇ ਨੂੰ ਨਾ ਹੋ ਕੇ ਸੰਗਤਾਂ ਪ੍ਰਭਾਵਿਤ ਜਿਹੜੀਆਂ ਉਹ ਨਾ ਹੋਣ ਤੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸੁਖ ਆਸਣ ਪ੍ਰਕਾਸ਼ ਉਹ ਮਰਿਆਦਾ ਉਸੇ ਤਰ੍ਹਾਂ ਨਿਰੰਤਰ ਜਿਹੜੀ ਜਾਰੀ ਰਹੇਗੀ। ਗੁਰਦੁਆਰਿਆਂ ਦੇ ਬਾਹਰ ਨੋਟਸ ਲੱਗੇ ਹੋਣਗੇ, ਕਿਸੇ ਵੀ ਤਰ੍ਹਾਂ ਕਿਸੇ ਨੂੰ ਕੋਈ ਹੈਲਪ ਦੀ ਜ਼ਰੂਰਤ ਹੈ ਤੇ ਉਹ ਸੰਪਰਕ ਕਰਨ, ਉਹਨਾਂ ਦੀ ਹਰ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਕੀਤੀ ਜਾਏਗੀ ਜੀ। ਤੇ ਇਹ ਸਾਰੀਆਂ ਸੰਗਤਾਂ ਜਿਹੜੀ ਬੇਨਤੀ ਪ੍ਰਵਾਨ ਕਰਨ, ਇਹ ਸਮੁੱਚੇ ਹੀ ਬੁਲਵਰ ਹਫਟਨ ਦੇ ਗੁਰਦੁਆਰੇ ਸਾਹਿਬਾਨਾਂ ਦੀਆਂ ਕਮੇਟੀਆਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ, ਇਸ ਨੂੰ ਪ੍ਰਵਾਨ ਕੀਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।